ਤੁਹਾਨੂੰ ਪਤਾ ਥੋੜ੍ਹੀ ਦੇਰ ਪਹਿਲਾਂ ਇਨੋਵਾ ਕਾਰ ਨੇ ਅੰਬੇਦਕਰ ਚੌਂਕ 'ਚ ਕੀਤੀ ਸੀ ਤਬਾਹੀ ਜੀ, ਪਰ ਪੁਲਿਸ ਪ੍ਰਸ਼ਾਸਨ ਨੇ ਬੜੀ ਤੇਜ਼ੀ ਨਾਲ ਕਰ ਲਈ ਹੈ ਕਾਰਵਾਈ ਜੀ। ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਦੋਸਤੋ, ਪੁਲਿਸ ਪ੍ਰਸ਼ਾਸਨ ਨੇ ਬੜੀ ਤੇਜ਼ੀ ਨਾਲ ਜਿਹੜਾ ਉਹ ਡਰਾਈਵਰ ਸੀ, ਇਨੋਵਾ ਚਾਲਕ ਸੀ, ਉਹਨੂੰ ਕਾਬੂ ਕਰ ਲਿਆ ਅਤੇ ਉਹਨੂੰ ਕਾਬੂ ਕਰਕੇ ਥਾਣੇ ਅੰਦਰ ਲੈ ਕੇ ਆਏ ਨੇ। ਆਓ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਉਂਦੇ ਹਾਂ। ਸੀਗਾ ਸਥਿਤੀ ਬੜੀ ਗਮਗੀਨ ਬਣ ਗਈ ਸੀ, ਭਿਆਨਕ ਬਣ ਗਈ ਸੀ ਕਿ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕਰਮਚਾਰੀ ਹੈ ਉਹ ਠੀਕ ਹੋਵੇ ਜੀ। ਬੰਦੇ ਲੱਭ ਗਏ ਨੇ, ਲੇਕਿਨ ਅੰਦਰ ਹਾਲੇ ਕਾਰਵਾਈ ਚੱਲ ਰਹੀ ਹੈ। ਤਾਂ ਜ਼ਰੂਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਹਾਲੇ ਵੇਟ ਕਰਨ ਨੂੰ, ਔਰ ਬਾਅਦ 'ਚ ਜ਼ਰੂਰ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਇਸ ਦੇ ਉੱਤੇ ਜਿਹੜੀ ਟਿੱਪਣੀ ਉਹਨਾਂ ਦਾ ਵਰਜਨ ਜ਼ਰੂਰ ਲਵਾਂਗੇ ਕਿ ਕਾਰਨ ਕੀ ਬਣਿਆ, ਵਜ੍ਹਾ ਕੀ ਬਣੀ ਹੈ। ਚਾਰ ਵਾਰ ਜਿਹੜੀ ਗੱਡੀ ਪਰਪਸਲੀ ਵਿੱਚ ਮਾਰੀ ਗਈ ਹੈ ਟ੍ਰੈਫਿਕ ਪੋਸਟ ਦੇ। ਦੋਸਤੋ, ਥੋੜ੍ਹੀ ਦੇਰ ਪਹਿਲਾਂ ਅੰਬੇਦਕਰ ਚੌਂਕ ਤੋਂ ਅਸੀਂ ਲਾਈਵ ਸੀ, ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਕਿ ਕਿਸੇ ਵਿਅਕਤੀ ਨੇ ਇਨੋਵਾ ਕਾਰ ਵਿੱਚ ਜਿਹੜਾ ਪਰਪਸਲੀ ਜਾਣ ਬੁੱਝ ਕੇ ਟ੍ਰੈਫਿਕ ਪੋਸਟ ਉੱਤੇ ਗੱਡੀ ਬੈਕ ਕਰਕੇ ਸਪੀਡਲੀ ਜਿਹੜਾ ਹਿੱਟ ਕੀਤਾ ਹੈ। ਪੁਲਿਸ ਪ੍ਰਸ਼ਾਸਨ ਦੇ ਜਿਹੜੇ ਕਰਮਚਾਰੀ ਆ, ਬਾਲ ਬਾਲ ਉਹਦੇ ਜਾਨ ਬਚੀ ਹੈ, ਲੇਕਿਨ ਸੁਭਾਸ਼ ਚੰਦਰ ਜੀ ਮੌਕੇ 'ਤੇ ਪਹੁੰਚੇ ਸੀ। ਇਹਨਾਂ ਨੇ ਗੱਡੀ ਉਹਨਾਂ ਉਸ ਗੱਡੀ ਦੇ ਮਗਰ ਲਗਾ ਲਈ ਔਰ ਉਹਨਾਂ ਨੂੰ ਫੜ ਕੇ ਲੈ ਕੇ ਆਏ ਨੇ। ਸਰ ਤੋਂ ਪੂਰੀ ਸਥਿਤੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਰ, ਪਹਿਲਾਂ ਤਾਂ ਤੁਹਾਡੀ ਬਹੁਤ ਸ਼ਲਾਘਾ ਕਰਦੇ ਹਾਂ, ਕਿਉਂਕਿ ਇਹੋ ਜਿਹੇ ਜਿਹੜੇ ਅਨਸਰ ਨੇ ਇਹਨਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ। ਕਿੰਨਾ ਕੁ ਮੁਸ਼ਕਿਲ ਸੀਗਾ ਜੀ ਇਹਨਾਂ ਨੂੰ ਫੜਨਾ? ਥੈਂਕ ਯੂ। ਸਾਡਾ ਇਹ ਕਾਫੀ ਮੁਸ਼ਕਿਲ ਸੀਗਾ। ਇਸ ਇਹਦੇ ਨਾਲ ਇਹਦੀ ਵਾਈਫ ਸੀਗੀ, ਇਨੋਵਾ ਗੱਡੀ ਸੀਗੀ, PV32Z 63 ਜੀ। ਇਹਨਾਂ ਨੇ ਕਾਫੀ ਡਰਿੰਕ ਕੀਤੀ ਹੋਈ ਹੈ, ਮਤਲਬ ਜਿੱਦਾਂ ਸਾਡੇ ਉੱਥੇ ਮੁਲਾਜ਼ਮ ਰੂਟੀਨ ਦੀ ਤਰ੍ਹਾਂ ਡਿਊਟੀ ਕਰਦੇ ਨੇ। ਮਤਲਬ ਇਹਨੇ 3 ਵਾਰੀ ਉਸ ਪੋਸਟ ਨੂੰ ਹਿੱਟ ਕੀਤਾ, ਮਤਲਬ ਬੈਕ ਕਰ ਕਰਕੇ 3 ਵਾਰੀ ਗੱਡੀ ਮਾਰੀ, ਫਿਰ ਇਸ ਗੱਡੀ ਇਹਨੇ ਗੱਡੀ ਨੂੰ ਬੰਗਾ ਸਾਈਡ ਨੂੰ ਭਜਾ ਲਈ ਅਤੇ ਮੈਨੂੰ ਕਾਲ ਕੀਤੀ ਮੁੰਡੇ ਨੇ, ਉਹਨੇ ਸਾਡੇ ਮੁਲਾਜ਼ਮ ਨੇ, ਵੀ ਆਹ ਗੱਲ ਹੋ ਗਈ। ਫਿਰ ਮੈਂ ਮੌਕੇ 'ਤੇ ਪਹੁੰਚਿਆ, ਕਹਿੰਦਾ ਗੱਡੀ ਨੂੰ ਭਜਾ ਕੇ ਲੈ ਗਏ। ਫਿਰ ਅਸੀਂ ਗੱਡੀ ਆਪਣੀ ਮਗਰ ਲਾ ਲਈ, ਫਿਰ ਜਾ ਕੇ ਮਲਪੁਰ ਰੜਕਾਂ ਦੇ ਲਾਗੇ ਉੱਥੇ ਜਾ ਕੇ ਗੱਡੀ ਫੜ ਲਈ। ਇਹਨਾਂ ਨੂੰ ਹੁਣ ਮੈਂ ਫੜ ਕੇ ਥਾਣੇ ਲਿਆਇਆ, ਇਹਦਾ ਮੁਲਾਜ਼ਾ ਕਰਾਵਾਂਗੇ, ਜੋ ਵੀ ਬਣਦੀ ਕਾਰਵਾਈ ਉਹ ਇਹਦੇ ਕੀਤੀ ਜਾਊਗੀ। ਪਰ ਸਰ, ਇਹ ਜਿਵੇਂ ਉੱਥੇ ਇਹਨੇ ਜਿਹੜੀ ਦਰਿੰਦਗੀ ਦਿਖਾਈ ਹੈ, ਉਸ ਦੇ ਬਾਵਜੂਦ ਇਹਨੂੰ ਫੜਨਾ ਤਾਂ ਬੜਾ ਮੁਸ਼ਕਿਲ ਰਿਹਾ ਹੋਣਾ। ਹਾਂ, ਉਹ ਤਾਂ ਮੁਸ਼ਕਿਲ ਤਾਂ ਹੈਗਾ ਇਸ ਤੋਂ, ਇੱਕ ਤਾਂ ਇਹਨੇ ਡਰਿੰਕ ਬਹੁਤ ਜ਼ਿਆਦਾ ਕੀਤੀ ਹੈ, ਇੱਕ ਤਾਂ ਵਾਈਫ ਦੇ ਨਾਲ ਆਪਦਾ ਆਪਸ ਵਿੱਚ ਕੋਈ ਹੈਗਾ ਸੀ ਕੁਛ। ਹਾਂ, ਮੰਨਦੇ ਨਹੀਂ ਸੀ, ਪਰ ਆਪਾਂ ਬਿਠਾਲ ਲਿਆ, ਜਿਹਦਾ ਬਿਠਾਲ ਤੇ ਸਾਨੂੰ ਆਉਂਦਾ ਬਿਠਾਲਣਾ, ਜੇ ਗਲਤੀ ਕੀਤੀ ਤਾਂ ਬਿਠਾਲਾਂਗੇ ਇਹਨੂੰ। ਪਰ ਮੈਂ ਇੱਕ ਚੀਜ਼ ਜ਼ਰੂਰ ਦੱਸਣੀ ਚਾਹਾਂਗਾ ਜੀ, ਉੱਥੇ ਜਿੰਨੇ ਲੋਕ ਮੌਜੂਦ ਸੀ ਸਾਰੇ ਨਖੇਧੀ ਕਰ ਰਹੇ ਨੇ ਇਹਨਾਂ ਦੀ, ਕਿਉਂਕਿ ਉਹ ਉਹਨਾਂ ਜਿਹੜਾ ਸੀਨ ਦੇਖਿਆ ਬੜਾ ਭਿਆਨਕ ਸੀਨ ਸੀ। ਉਹ ਕਹਿੰਦੇ ਨੇ ਪਰਮਾਤਮਾ ਅੱਗੇ ਬੇਨਤੀ ਕਰ ਰਹੇ ਸੀ ਕਿ ਜਿਹੜਾ ਪੁਲਿਸ ਕਰਮਚਾਰੀ ਉਹਦੀ ਜਾਨ ਸੇਫ ਰਹੇ ਜੀ। ਉਹ ਠੀਕ ਠਾਕ ਨੇ? ਹਾਂ, ਉਹ ਠੀਕ ਹੈ, ਬਿਲਕੁਲ ਠੀਕ ਹੈ। ਗਲਤੀ ਤਾਂ ਗਲਤੀ ਹੈ, ਇਹਦੀ ਗਲਤੀ ਕੀਤੀ ਹੈ, ਇਹਨੂੰ ਸਾਹਸ ਕਰਾਵਾਂਗੇ ਵੀ ਕਰੂਗਾ ਵੀ। ਠੀਕ ਹੈ, ਬਹੁਤ ਸ਼ੁਕਰੀਆ ਸਰ। ਤੁਹਾਡੇ ਵਰਗੇ ਜਿਹੜੇ ਮੁਲਾਜ਼ਮ ਉਹਨਾਂ 'ਤੇ ਮਾਣ ਹੈ, ਕਿਉਂਕਿ ਮੌਕੇ 'ਤੇ ਹੀ ਪਹੁੰਚੇ ਨੇ ਔਰ ਜਾ ਕੇ ਜਿਹੜਾ ਇਹਨਾਂ ਨੂੰ ਕਾਬੂ ਕੀਤਾ, ਕਿਉਂਕਿ ਇਹੋ ਜਿਹੇ ਸ਼ਰਾਰਤੀ ਅਨਸਰ ਕੱਲ੍ਹ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਲਈ ਵੀ ਘਾਤਕ ਸਾਬਿਤ ਹੋ ਸਕਦੇ ਨੇ, ਕਿਸੇ ਹੋਰ ਦੀ ਵੀ ਜਾਂ ਕਿਸੇ ਹੋਰ ਦੀ ਜਾਨ ਦੇ ਵੀ ਦੁਸ਼ਮਣ ਬਣ ਸਕਦੇ ਨੇ। ਹਾਲੇ ਹੋਰ ਇਸ ਦੇ ਅਪਡੇਸ਼ਨ ਦੇਣੇ, ਤੁਸੀਂ ਬਣੇ ਰਹੋ।